ये देखो जी, आ देखो प्रधान जी, ये थोड़ी आ गई जी टैंकी जी, आप पर ला के देखो, आ देखो ठीक है भाई। एक गेज आ गई, वैसे टिप्पा की किट है 2500 रुपए की भाजी, ठीक है जी। इस तो एक्स्ट्रा कोई समान होएगा, वैसे पैंदा नहीं, और कुछ भी आ गया तरीके बन सारा। 153 नंबर तो लाए ने रिमो किन्ने दे। नवी वीडियो सारे भीर स्वागत है भाई। अज आप पटियाला मार्केट च पहुंचे हैं, तो पावर स्टेयरिंग का लवेंगे समान, नैट गेयरां का सारी किट लवेंगे कंप्लीट, दसांगे तुहानूं की रेट मिली आ, तो होर भी समान लैना ट्रैक्टर मोडीफाई करना आपां ने, तो नाल तुहानूं स्टॉक दिखावांगे की कुछ पिया इत्थे, तो सारा तुहानूं दिखाउणे अगे। तो नाल ही वीरां नूं बेनती है, चैनल नूं सबसक्राइब करो, तो फेसबुक वाले वीर फॉलो करो, तां कि नवीं वीडियो सब तो पहलां तुहाडे कोल पहुंचे। तो दिखाउणे आ तुहानूं चल के मार्केट सारी, बने रहो वीडियो च। हाँ भाई, हुण खड़े आपां 153 नंबर शॉप ते, इत्थों आपां ने लैंकां ते रिम ते होर भी थोड़ा जिहा समान लैणा नैट गेयरां दा। ते का भाई तुसीं की लैणा भाई? असीं नैट गेयर दा समान लैणा। अच्छा, ਤੁਸੀਂ ਮੋਡੀਫਾਈ ਕਰ ਰਹੇ ਹੋ? ਹਾਂ ਮੋਡੀਫਾਈ ਕਰ ਰਹੇ। ਠੀਕ ਹੈ, ਕਿਹੜਾ ਪਿੰਡਾ? ਮੁੱਲਾ ਪੜੀ, ਆਪਣੀ ਦੁਕਾਨ ਆ ਕਿਹੜਾ? ਅੱਛਾ ਅੱਛਾ, ਠੀਕ ਆ ਬਾਈ। ਤੇ ਨਿਆੜ ਗਿਆਰਾਂ ਦੀ ਤਿਆਰੀ ਕਰੀ ਜਾਂਦੇ ਆ ਬਾਈ ਸਾਰੇ। ਆਪਾਂ ਇੱਥੋਂ ਲੈਤੇ ਨੇ, ਇੱਕ ਤਾਂ ਰਿਮ ਲਏ ਨੇ ਅਗਲੇ, ਜਿਹੜੇ ਨਾਲ ਉਹਦੇ ਖਰਾਬ ਸੀਗੇ, ਦੂਜੇ ਲੈਣੇ ਜਿਹੜੇ ਨਾਲ ਹੁੰਦੇ ਰਹੇ ਨਾਲ ਨਿਆੜ ਗਿਆਰਾਂ ਦੇ। ਅਤੇ ਇੱਕ ਆਪਾਂ ਲੈਂਕਾਂ ਲਈਆਂ ਨੇ ਇੱਥੋਂ, ਅਤੇ ਉਹ ਵੀ ਤੁਹਾਨੂੰ ਦਿਖਾਉਣੇ ਆ, ਅਤੇ ਰੇਟ ਵੀ ਦੱਸਾਂਗੇ ਵੀ ਕਿੰਨੇ ਦੇ। ਇਹ ਤੁਹਾਨੂੰ ਦੱਸ ਹੀ ਦਿੰਦੇ ਹਾਂ, ਆਪਾਂ ਨੂੰ 3000 ਦੇ ਮਿਲ ਗਏ ਦੋਨੇ ਰਿਮ, ਅਤੇ ਵਧੀਆ ਰਿਹਨਲ ਰਿਮ ਨੇ ਨਾਲ ਦੇ, ਇਹਨਾਂ 'ਤੇ ਮੋਹਰ ਲੱਗੀ ਹੁੰਦੀ ਆ ਰਿਹਨਲ, ਅਤੇ ਇੱਥੇ ਉੱਪਰ ਹੈਵੀ ਹੁੰਦੇ ਨੇ ਇਹ, ਵਧੀਆ ਰਿਮ ਨੇ। ਅਤੇ ਬਾਕੀ ਤੁਹਾਨੂੰ ਲੈਂਕਾਂ ਵੀ ਦਿਖਾਵਾਂਗੇ, ਲੈਂਕਾਂ ਵੀ ਵਧੀਆ ਪਈਆਂ ਨੇ, ਸਮਾਨ ਸਾਰੇ ਹੀ ਪਿਆ ਇੱਥੇ ਪਈਆਂ। ਨਿਆੜ ਗਿਆਰਾਂ ਖੋਲ੍ਹਦੇ ਨੇ ਇਹ, 152-53 ਨੰਬਰ ਆ ਇਹ, ਇੱਥੇ ਨਿਆੜ ਗਿਆਰਾਂ ਦਾ ਸਮਾਨ ਲੈਣਾ ਇੱਥੋਂ ਮਿਲੂਗਾ ਤੁਹਾਨੂੰ, ਜਿਵੇਂ ਹੁਣ ਨਿਆੜ ਗਿਆਰਾਂ ਦੀਆਂ ਆਹ ਐਕਸਲ ਪਏ ਨੇ, ਅਤੇ 100 ਪਈਆ ਕਿਹੜਾ ਬਾਈ? ਹਾਂ, ਇੱਕ ਤਾਂ ਆਰਮ ਵੀ ਲੈਣੀ ਸੀ ਆਪਾਂ ਨੇ, ਠੀਕ ਆ। ਅਤੇ ਦੂਸਰੀ ਵੀ ਇੱਕ ਹੋਰ ਲੈਣੀ ਬਾਈ, ਦੋਨੇ ਸਾਈਡਾਂ ਹੀ ਲੈਣੀਆਂ ਨੇ, ਦੂਜੀ ਉਹ ਦਿਖਾ ਦਿੰਦਾ, ਠੀਕ ਆ, ਉਹ ਵੀ ਦਿਖਾਓ, ਠੀਕ ਆ ਜੀ। 100 ਪਈਆ ਇੱਥੇ ਵੀਰੇ ਨਿਆੜ ਗਿਆਰਾਂ ਦੀ, ਵਧੀਆ ਸਾਫ਼ 100 ਪਈਆਂ ਨੇ, ਇੱਕ ਉਹ ਪਈ ਉੱਧਰ, ਅਤੇ ਸਾਰਾ ਨਿਆੜ ਗਿਆਰਾਂ ਦਾ ਤਕਰੀਬਨ ਨਿਆੜ ਗਿਆਰਾਂ ਸਮਾਨ ਤੁਹਾਨੂੰ ਇੱਥੋਂ ਸਾਰਾ ਮਿਲ ਜੂਗਾ। ਆਹ ਬੋਰਨਟ ਪਿਆ ਗਾ ਨਿਆੜ ਗਿਆਰਾਂ ਦਾ, ਅਤੇ ਮਰਗਾਟ ਪਏ ਨੇ ਵੱਡੇ ਵੀ, ਵੱਡੇ ਰਿਮ ਪਏ ਨੇ। ਲਿਆਓ ਗੱਡੀ ਬਾਈ ਆਪਣੀ, ਹੈਂ ਸਾਫ਼ ਆ ਨਾ ਆਰਮੀ ਜੀ, ਵਧੀਆ ਓਕੇ ਆ, ਚੱਲ ਇੱਕ ਲੈਂਕਾਂ ਕੱਢੋ ਉਹਦੇ ਤਰੀਏ ਭੈਣ ਕਿਵੇਂ ਲਾਈ ਸੀ। ਹਾਂ ਸੰਗਲ ਤਾਂ ਖੋਲ ਲਓ, ਦੇਖ ਲਓ, ਖੁੱਲਣੇ ਨਹੀਂ ਹੈ ਨਾ, ਖੁੱਲਣੇ ਨਹੀਂ ਨਾ, ਹੈ ਇਹ ਤਾਂ ਜਾਂ ਤਾਂ ਇੱਦਾਂ ਹੀ ਉਹ ਕਰ ਦਿੰਦੇ ਹਾਂ ਸੰਗਲ ਦਾ, ਕਿਵੇਂ ਕਿਉਂ ਫਰਕ ਹੈਗਾ ਲੈਂਕਾਂ 'ਚ? ਫਰਕ ਤਾਂ ਹੁਣ ਹੋਊਗਾ, ਰੁਪਈਏ ਫਿਰ ਕਾਹਦੇ ਦੇ ਕੇ ਇੰਨੇ ਇੰਨੇ, ਕਿੱਥੇ ਇਹ ਲੈਂਕਾਂ ਕਿੱਥੇ ਆਹ ਲੈਂਕਾਂ ਦੇਖ, ਇਹਦਾ ਹੁਣ ਇੱਥੋਂ ਬੈਲਟ ਹੋਈਆਂ ਪਈਆਂ ਸੀਗੀਆਂ, ਪੂਰੀਆਂ ਬੈਲਟਾਂ, ਮੂਹਰੇ ਗੋਲੀਆਂ ਵੀ ਖਰਾਬ ਹੋਈਆਂ ਪਈਆਂ ਸੀ, ਇਹਦਾ ਸਾਫ਼ ਪਈਆਂ ਨੇ, ਬਾਕੀ ਇਹ ਚੀਜ਼ ਆ ਗਈ ਰਹੀ ਨਾਲ ਨਾ, ਇਹ ਤਾਂ ਆਪਾਂ ਵੱਢਣੇ ਪੈਂਦੇ ਆ, ਵੱਢਣ ਜਿਹੜੀਆਂ ਦਿੱਤੀਆਂ ਨੇ। ਲਓ ਬਾਈ ਆਪਣੇ ਆਰਮ ਇੱਕ ਮਿਲੀ ਹੈ, ਦੋਨੇ ਲੈਣੀਆਂ ਸੀਗੀਆਂ ਇਹ, ਇੱਕ ਹੋਰ ਦੇਖਦੇ ਹਾਂ ਕਿਤੋਂ, ਅਤੇ ਲੈਂਕਾਂ ਲੈ ਲਈਆਂ ਦੋਨੇ ਸੰਗਲਾਂ ਸਮੇਤ, ਰੇਨ ਵਾਲਾ ਵਧੀਆ ਸਾਫ਼, ਅਤੇ ਆਹ ਦੋਨੇ ਜੈਕ ਲੈ ਲਏ, ਅਤੇ ਅਗਲੇ ਰਿਮ ਉਹ ਲਈ ਆਉਂਦੇ ਨੇ, ਇਹ ਸਮਾਨ ਲੈ ਲਿਆ, ਅਤੇ ਹੁਣ ਪਾਵਰ ਸਟੇਰਿੰਗ ਦਾ ਸਮਾਨ ਧਰਾਂਗੇ ਦੂਆ ਦਾ। ਚਲੋ ਅਮਨ ਦੀ ਵੀ ਟਰੈਕਟਰ 205 ਨੰਬਰ ਤੇ ਖੜੇ ਆ, ਪਾਵਰ ਸਟੇਰਿੰਗ ਦਾ ਸਮਾਨ ਲੈਣੇ ਬਾਈਆਂ ਤੋਂ, ਆਪਾਂ ਦੇਖਦੇ ਹਾਂ ਇੱਥੇ ਦੱਸਾਂਗੇ ਤੁਹਾਨੂੰ ਕੀ ਰੇਟ ਮਿਲ ਰਿਹਾ।
ਤੇ ਇੱਕ ਬਾਈਆਂ ਦੇ ਆਪਾਂ ਲਿੰਕਾਂ ਦੇਖੀਆਂ ਐਡ ਵਗੈਰਾ ਮੋਡੀਫਾਈ ਕਰਨਾ ਉਹਦੇ ਵਾਸਤੇ ਇਹ ਲਿੰਕਾਂ ਸੋਨਾ ਲਿੰਕਾਂ ਦੀਆਂ ਵੱਧ ਜਾਂਦੀਆਂ ਇਹ ਪਿੱਛੇ ਨੂੰ ਕੋਈ ਸਿਸਟਮ ਹੈ ਇਸ ਤਰ੍ਹਾਂ ਦਾ ਕਹਿੰਦੇ ਨੇ ਇਹ ਅਤੇ ਦੇਖਦੇ ਇਹਨਾਂ ਦਾ ਵੀ ਤੁਹਾਨੂੰ ਦੱਸਾਂਗੇ ਕੀ ਰੇਟ ਆ ਅੱਗੇ ਜਾ ਕੇ ਅਤੇ ਸੋਨਾ ਲਿੰਕਾਂ ਵੱਡੀ ਦੀਆਂ ਨੇ ਐਡ ਵਗੈਰਾ ਮੋਡੀਫਾਈ ਕਰਨ ਦੇ ਜਿਹੜੇ ਸਾਰੇ ਤਕਰੀਬਨ ਇਹ ਲਾ ਰਹੇ ਨੇ ਹੁਣ ਸਮਾਨ ਆਇਆ ਗੱਡੀ 'ਚ ਹੁਣ ਸਾਰਾ ਕਾਂਦਾ ਵਗੈਰਾ ਅਤੇ ਭਾਅ ਜੀ ਟੈਂਕੀ ਹੈ 1200 ਰੁਪਏ ਦੀ ਇਹ ਲਈ ਪਾਈਪਾਂ ਦੀ ਕਿੱਟ ਹੈ 2500 ਰੁਪਏ ਦੀ ਭਾਅ ਜੀ ਠੀਕ ਹੈ ਜੀ ਇਸ ਤੋਂ ਐਕਸਟਰਾ ਕੋਈ ਸਮਾਨ ਹੋਏਗਾ ਵੈਸੇ ਪੈਂਦਾ ਨਹੀਂ ਹੋਰ ਕੁਛ ਵੀ ਆ ਗਿਆ ਤਕਰੀਬਨ ਸਾਰਾ ਟੈਂਕੀ ਇੰਨੀ ਮਹਿੰਗੀ ਹੈ ਉਹ ਤਾਂ ਸਸਤੀ ਲਈ ਸੀ ਆਪਾਂ ਨੂੰ ਤੁਸੀਂ ਇਹ ਉਹ ਤੋਂ ਬਾਅਦ 750 ਰੁਪਏ ਉਹ ਹਲਕੀ ਜਿਹੀ ਜਿਹੜੀ ਤੁਹਾਨੂੰ 750-800 ਦਿੱਤੀ ਇਹਨੂੰ ਹਲਕੀ ਜਿਹੀ ਨਾ ਬੱਤੀ ਲੱਗੀ ਹੁੰਦੀ ਐਵੇਂ ਉਹ ਦੇ ਦਿੰਦਾ ਲੱਗੀ ਹੋਈ ਸੀ ਉੱਤੇ ਹਾਂ ਉਹ ਦੇ ਦਿੰਦਾ ਹੇਠਾਂ ਇੱਥੇ ਬੈਲਟ ਕਰੀ ਹੋਈ ਸੀ ਹੇਠਾਂ ਮੋਕ ਉਹ ਦੇ ਦਿੰਦਾ ਦੇਖੋ ਬਾਈ 40 ਹੀ ਦੇ ਦਿਓ ਜੀ ਚਲੋ ਟਰੈਕਟਰ ਦੇ ਵਧੀਆ ਪੈਸੇ ਲਾਓ ਟਰੈਕਟਰ ਨਾ ਅੜਿਆ ਨਾ ਭੈਣ ਜੀ ਉਹ ਵਧੀਆ ਚੱਲਿਆ ਜੀ ਆਪਣਾ ਵਧੀਆ ਚੱਲੀ ਜਾਂਦਾ ਟਰੈਕਟਰ ਸਹੀ ਹੈ ਜੀ ਮੈਂ ਕਹਿੰਦਾ ਭੈਣ ਝੋਟੇ ਭਰੇ ਲੋਕ ਪਾ ਦੋ 5-6 ਲੱਖ ਲਾ ਰਹੇ ਨੇ ਟਰੈਕਟਰਾਂ ਦੇ ਪੈਸੇ ਲਾ ਰਹੇ ਜੀ 8-10 ਲੱਖ ਜੀ 19 ਹਾਰਸ ਪਾਵਰ ਦਾ ਟਰੈਕਟਰ 8-10 ਲੱਖ ਆ ਗਿਆ ਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਕਰਿਓ ਭਾਈ ਟੋਟਲ ਮਾਣਾ ਇੱਕ ਮਿੰਟ ਹਾਂ ਕਹਿੰਦੇ ਪੈਪਾ ਸਾਨੂੰ ਪੁੱਜੇ ਤੋਂ ਨਹੀਂ ਲੈਣੇ ਸਭ ਤੇ ਦੱਸੋ ਪੈਪਾ ਜੀ ਇਹ ਦੇਖੋ ਜੀ ਆਹ ਦੇਖੋ ਪਤਾ ਜੀ ਇਹ ਤੁਹਾਡੀ ਆ ਗਈ ਜੀ ਟੈਂਕੀ ਦੀ ਉੱਪਰ ਲਾ ਕੇ ਦੇਖੋ ਆਹ ਦੇਖੋ ਠੀਕ ਆ ਕੀ ਹੈ ਜੀ ਇਹ ਗੇਜ ਆ ਗਈ ਇਹ ਲਾ ਗਈ ਵੈਸੇ ਟੈਂਕੀ ਪਲਾਸਟਿਕ ਦੀ ਲਗਾਓ ਮੇਰੀ ਮੰਨੋ ਅਸੀਂ ਪਹਿਲਾਂ ਹੀ ਲਾਈ ਹੋਈ ਆ ਬਹੁਤ ਵਧੀਆ ਫਟਾਈ ਆ ਇਹ ਟੈਂਕੀ ਆ ਗਈ ਟੈਂਕੀ ਪੱਤੀ ਆ ਗਈ ਠੀਕ ਆ ਜੀ ਪਲਾਸਟਿਕ ਦੀ ਜਾਂ ਕੀ ਫਰਕ ਆ ਟੈਂਕੀ ਨਾਲ ਜਿਹੜੀ ਸੈਟਿੰਗ ਹੈ ਨਾ ਜਿਹੜੀ ਨਾੜੀਆਂ ਤੇ ਆ ਰਹੀ ਹੈ ਪਲਾਸਟਿਕ ਦੀ ਦਿੰਦੇ ਆ ਜੀ ਸਾਰੇ ਤੁਸੀਂ ਕਹਿੰਦੇ ਲੋਹੇ ਨਾਲ ਨਹੀਂ ਲੈ ਜਾਓ ਪਰ ਕੋਈ ਇੱਛਾ ਨਹੀਂ ਹੈ ਅੱਛਾ ਵੈਸੇ ਜਿੰਨੇ ਮੈਂ 100-1000 ਟੈਂਕੀ ਵੇਚਦੇ ਨੇ ਪਾਵਰ ਸ਼ਿਫਟ ਪਲਾਸਟਿਕ ਦੀ ਅਸੀਂ ਟਰੈਕਟਰ ਲੋਕ ਲਾਉਂਦੇ ਵੀ ਹੇਠਾਂ ਟੈਂਕੀ ਅਸੀਂ ਉੱਪਰ ਲਾਉਣੇ ਆ ਮਾ ਪੰਪ ਦੇ ਤੇ ਜਮਾ ਜਿਹੇ ਅੱਧਾ ਲੀਟਰ ਤੇਲ ਆ ਪੰਪ ਨੂੰ ਮਿਲ ਹੀ ਜਾਂਦਾ ਆ ਦੇਖੋ ਵੀ ਜੀ ਆ ਤੁਹਾਡੇ ਦੋ ਚੀਜ਼ਾਂ ਚਲੀ ਗਈਆਂ ਜੀ ਹਾਂਜੀ ਟੈਂਕੀ ਤੇ ਟੈਂਕੀ ਪੱਕੀ ਤੇ ਜੀ ਡੰਡਾ ਲੈ ਜਾਊਗਾ ਮੈਂ ਆ ਜਿਹੜਾ ਕਿ ਲਿਫਟ ਪੰਪ ਜੀ ਕੋਈ ਗੱਲ ਕਰਤੇ ਕੋਈ ਨਹੀਂ ਲਿਫਟ ਪੰਪ ਆ ਗਿਆ ਠੀਕ ਹੈ ਠੀਕ ਹੈ ਇਹ ਲਿਫਟ ਪੰਪ ਦੀ ਗੁੱਲੀ ਤੇ ਵਿੱਚ ਉਹਦੇ ਉਹ ਹੈਗੀ ਆ ਦੇਖੋ ਜੀ ਠੀਕ ਆ ਜੀ ਆ ਗਈ ਚੈੱਕ ਕਰਾ ਕੇ ਪਾਵਾਂਗੇ ਨਾ ਸਮਾਨ ਤੁਹਾਨੂੰ ਵੀ ਨਹੀਂ ਵਹਿਮ ਪੈ ਗਿਆ ਸਾਨੂੰ ਵੀ ਨਹੀਂ ਪਏ ਇਹ ਆ ਗਈ ਠੀਕ ਹੈ ਜੀ ਇਹ ਤੁਹਾਡੇ ਦੋਨੋਂ ਆ ਗਏ ਠੀਕ ਆ ਗਿਆ ਇਹ ਆ ਗਿਆ ਆਈਬੀਡੋ ਦਾ ਹਾਂਜੀ ਪੰਜਾ ਆ ਗਿਆ ਇਹ ਕੀ ਆ ਗਿਆ ਆਪਣਾ ਇਹ ਟੈਂਕੀ ਦੀ ਡੋਕ ਟੈਂਕੀ ਜਿੱਥੇ ਪੈਪ ਲੱਗੇਗੀ ਹਾਂ ਹਾਂ ਇਹ ਤਾਂ ਆ ਗਿਆ ਠੀਕ ਆ ਸਮਝ ਗਏ ਇਹ ਨਾ ਉਹਦੀ ਪੈਪ ਹੈ ਟੈਂਕੀ ਦੇ ਨੀਚੇ ਲੱਗੇਗੀ ਉਸ ਤੇ ਵੈਲਡ ਕਰਨ ਵਾਸਤੇ ਲਾਣੀ ਪੈਗੀ ਨਾਲ ਦੇਣੀ ਪੈਂਦੀ ਹੈ ਇਹ ਪਹਿਲਾਂ ਆਪਾਂ ਨੂੰ ਇੱਕ ਪਲਾਸਟਿਕ ਦਿੱਤੀ ਸੀਗੀ ਇਹਦੇ ਉੱਤੇ ਰਬੜ ਦੀ ਪੈਪ ਪੈਗੀ ਉਹਦੇ ਨਾਲ ਲੱਗੀ ਪਿਆ ਠੀਕ ਹਾਂ ਹਾਂ ਉਸ ਪੈਪ ਦਿੱਤਾ ਸੀ ਪਹਿਲਾਂ ਵਿੱਚ ਪਾ ਕੇ ਦੇ ਰਹੇ ਨਾ ਮੈਂ ਇੱਕ ਸਮਾਨ ਦੇ ਰਿਹਾ ਹਾਂ ਜਿਹੜਾ ਜਿਹੜਾ ਵਾਲਾ ਕੰਮ ਨਹੀਂ ਆ ਗਿਆ ਸਮਾਨ ਹਾਂ ਆਰਮੀ ਡੋਲ ਆ ਗਿਆ ਜੈਕ ਇਹ ਪਹਿਲਾਂ ਆਪਾਂ ਨੂੰ ਤੁਸੀਂ ਦਿੱਤਾ ਸੀ ਉਹ ਸਿਸਟਮ ਹੋਰ ਹਿਸਾਬ ਦਾ ਸੀ ਚਲੋ ਕੋਈ ਨਹੀਂ ਇਹ ਲਾ ਦੇਣਗੇ ਰਿਮ ਕਿੰਨੇ ਲੱਗੇ ਤੁਸੀਂ ਰਿਮ ਕਿੰਨੇ ਲੱਗੇ ਹਾਂ ਵੀਰੇ ਆਪਾਂ ਲੈ ਲਿਆ ਸਮਾਨ ਪਾਵਰ ਸਟੀਅਰਿੰਗ ਦਾ ਸਮਾਨ ਲੈ ਲਿਆ ਰਿਮ ਲੈਂਕਾਂ ਅਤੇ ਜਿਹੜਾ ਸਮਾਨ ਆਪਾਂ ਨੂੰ ਲੋਡ ਸੀ ਸਾਰਾ ਲੈ ਲਿਆ ਨੈੱਟ ਗੇਅਰਾਂ ਦਾ ਅਤੇ ਹੁਣ ਆਪਾਂ ਚੱਲਦੇ ਹਾਂ ਅਤੇ ਬਾਕੀ ਤੁਹਾਨੂੰ ਦੱਸਦੇ ਹਾਂ ਰੇਟ ਅਤੇ ਜਿਵੇਂ ਆਪਾਂ ਪਾਵਰ ਸਟੀਅਰਿੰਗ ਦਾ ਸਮਾਨ ਜਿਹੜਾ ਉਹ ਆਪਾਂ ਨੂੰ ਮਿਲ ਗਿਆ 22000 ਰੁਪਏ ਦਾ ਤਕਰੀਬਨ ਸਾਰਾ ਟੋਟਲ ਜਿੰਨਾ ਲੱਗਦਾ ਹੁੰਦਾ ਗਾ ਤੁਹਾਨੂੰ ਸਾਰਾ ਵੀਡੀਓ 'ਚ ਤੁਸੀਂ ਦੇਖ ਹੀ ਲਿਆ ਅਤੇ ਲੈਂਕਾਂ 3000 ਰੁਪਏ ਦੀਆਂ ਮਿਲੀਆਂ ਨੇ ਅਤੇ ਬਾਕੀ ਆਪਣਾ ਲਾ ਲਓ ਤੁਸੀਂ ਵੀ ਹੋਰ ਰਿੰਮ ਆ ਕੇ 3000 ਦੇ ਰਿੰਮ ਮਿਲੇ ਨੇ ਬਸ ਇਸ ਤਰ੍ਹਾਂ ਸਾਰਾ ਸਮਾਨ ਵਿੱਚ ਲੈਂਕਾਂ ਕੱਟ ਕੇ ਦਿੱਤੀਆਂ 3000 ਦੀਆਂ ਆਪਾਂ ਨੂੰ ਨਾਲ ਅਤੇ ਬਾਕੀ ਬਸ ਇੱਥੇ ਹੁਣ ਖਾਣੇ ਪੀਂਦੇ ਹਾਂ ਕੁਛ ਅਤੇ ਇੱਕ ਵੀਰ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਵਾਲੇ ਵੀਰ ਫੋਲੋ ਕਰੋ
ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਫਿਰ।